ਕਿਵੇਂ ਦੀ ਤਿਆਰੀ ਸ਼ੁਰੂ ਕੀਤੀ ਹੈ, ਜਿਸ ਤਰ੍ਹਾਂ ਪਤਾ ਲੱਗਿਆ ਕਿ ਤੁਸੀਂ ਆਜ਼ਾਦ ਚੋਣ ਲੜਨ ਜਾ ਰਹੇ ਹੋ ਲੁਧਿਆਣੇ ਤੋਂ? ਨਹੀਂ, ਹਜੇ ਤਾਂ ਜੀ ਸਾਡੀ ਕੋਈ ਤਿਆਰੀ ਨਹੀਂ ਹੈ, ਹਜੇ ਤਾਂ ਸਾਡੀ ਤਿਆਰੀ ਹੈਗੀ ਹੈ ਫਾਰਮ ਭਰਨ ਦੀ, ਕਿਉਂਕਿ ਸਾਡੀ ਤਿਆਰੀ ਤਾਂ ਉਦੋਂ ਹੋਣੀ ਹੈ ਜਦੋਂ ਚੋਣ ਕਮਿਸ਼ਨ ਨੇ ਸਾਨੂੰ ਚੋਣ ਨਿਸ਼ਾਨ ਦਿੱਤਾ। ਅੱਛਾ, ਅਗਰ ਚੋਣ ਨਿਸ਼ਾਨ ਮਿਲ ਜਾਂਦਾ ਹੈ ਫਿਰ ਕੀ ਲੱਗਦਾ ਕਿਵੇਂ ਦੀ ਸਪੋਰਟ ਜਿਹੜੇ ਕਿ ਲੁਧਿਆਣੇ ਦੇ ਲੋਕ ਤੁਹਾਨੂੰ ਦੇਣਗੇ? ਲੁਧਿਆਣੇ ਦੇ ਲੋਕਾਂ ਨੇ ਜੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਵਾ, ਆਪਣੇ ਬੱਚਿਆਂ ਦੀ ਸੋਚ ਬਾਰੇ ਸੋਚਣਾ ਵਾ, ਤਾਂ ਉਹਨਾਂ ਨੂੰ ਟੀਟੂ ਬਾਣੀ ਨੂੰ ਵੋਟ ਪਾਉਣੀ ਪੈਣੀ, ਕਿਉਂਕਿ ਜਿਹੜੇ ਸਾਡੇ ਲੀਡਰ ਖੜੇ ਨੇ ਉਹ ਗੁੰਗੇ ਨੇ, ਬਹਿਰੇ ਨੇ। ਗੱਲਾਂ ਕੀ ਕਰਦੇ ਆ, ਗੱਲਾਂ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਚਿੱਕੜ ਛੁੱਟਦੇ ਆ, ਅਤੇ ਆਪਣੇ ਆਪ ਨੂੰ ਕਹਿ ਦਿੰਦੇ ਅਸੀਂ ਸਾਧ ਆ ਅਤੇ ਦੂਜੇ ਨੂੰ ਕਹਿ ਦਿੰਦੇ ਚੋਰ ਆ, ਅਤੇ ਲੇਕਿਨ ਦੱਸਦੇ ਹੈ ਨਹੀਂ ਵੀ ਅਸੀਂ ਸਾਰੇ ਜਿਹੜੇ ਹੈਗੇ ਹਾਂ ਵੀ ਉਹ ਚੋਰ ਆ। ਫਿਰ ਰਵਨੀਤ ਬਿੱਟੂ ਦਾ ਤੁਹਾਨੂੰ ਪਤਾ ਹੀ ਆ, ਜਿਹਨੇ ਪਹਿਲਾਂ ਨਹੀਂ ਕੱਖ ਕੀਤਾ, 15 ਸਾਲ ਹੈ ਐਮ ਪੀ ਬਣ ਕੇ ਕਰਾਉਣ, ਉਹਨੇ ਕੀ ਕਰਨਾ? ਲੋਕਾਂ ਨੂੰ ਲੁਧਿਆਣੇ ਵਾਸੀਆਂ ਨੂੰ ਸੋਚਣਾ ਪੈਣਾ ਇਹਨੂੰ ਵੋਟ ਪਾਉਣ ਲਈ। ਤੁਸੀਂ ਇਹੋ ਜਿਹਾ ਕਿਹੜਾ ਕੰਮ ਕਰੋਗੇ ਜਿਹੜਾ ਤੁਹਾਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਨੇ ਲੁਧਿਆਣੇ ਤੋਂ ਐਮ ਪੀ ਵਜੋਂ ਨਹੀਂ ਕੀਤਾ? ਕਾਫੀ ਸੜਕਾਂ ਟੁੱਟੀਆਂ ਹੋਈਆਂ ਸੀਗੀਆਂ, ਰੌਲਾ ਪਾ ਪਾ ਕੇ ਬਣਾਈਆਂ ਨਗਰ, ਆਹ ਪੈਟਰੋਲ ਸੀਗਾ ਕਿੰਨਾ ਰੌਲਾ ਪਾਇਆ ਪੈਟਰੋਲ ਪਿੱਛੇ ਕਰ, ਆਹ ਬੁੱਢਾ ਨਾਲਾ ਰੌਲਾ ਪਾ ਪਾ ਕੇ ਜੋ ਥੋੜ੍ਹਾ ਮੋਟਾ ਸੀ ਉਹ ਤੇ ਸਟਰਗਲ ਕਰ ਰਹੇ ਹਾਂ, ਮੁੱਦਿਆਂ ਦੀ ਰਾਜਨੀਤੀ ਸੀ ਕਰਦੇ। ਮੈਂ ਦੇਖਿਆ ਜਾਗਰਣ ਚੱਲਦਾ ਪਿਆ ਸੀਗਾ, ਕਨਈਆ ਜੀ ਭੇਟਾਂ ਗਾ ਰਹੇ ਸੀਗੇ, ਅਤੇ ਰਵਨੀਤ ਬਿੱਟੂ ਜੀ, ਮੈਂ ਤਾਂ ਕਨਈਆ ਮਿੱਤਲ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਰਵਨੀਤ ਬਿੱਟੂ ਨੂੰ ਵੀ ਨਾਲ ਹੀ ਲੈ ਜਾਓ, ਇਹ ਤਾਂ ਢੋਲਕੀ ਢੂਲਕੀ ਵਜਾਉਂਦਾ ਰਹੂਗਾ। ਮਤਲਬ ਉਹ ਰਾਜਨੀਤੀ ਛੱਡ ਦੇਣ ਨਵਨੀਤ ਸਿੰਘ ਬਿੱਟੂ? ਦੁਖੀ ਹੋਏ ਬੈਠੇ ਲੋਕੀ, ਕਿਹੜਾ ਰਾਜਨੀਤੀ ਛੱਡ ਦੇ, ਰਾਜਨੀਤਿਕ ਇਹਨਾਂ ਨੇ ਕੰਮ ਕੀਤਾ ਕੀ, ਇਹਨਾਂ ਨੇ ਕਿਹੜਾ ਤਨਖਾਹ ਸਾਡੀਆਂ, ਗਨਮੈਨ ਸਾਡੇ ਜੱਟ ਸੁਰੱਖਿਆ ਲਈ ਫਿਰਦੇ ਆ, ਕਿਹੜਾ ਮੋਦੀ 400 ਤੋਂ ਪਾਰ। ਮੈਂ ਰਵਨੀਤ ਬਿੱਟੂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਚੌਂਕ ਛੜ ਕੇ ਗੋਲੀ ਮਾਰ ਦਿਓ, ਕਿਹੜਾ ਮੋਦੀ 500 ਤੋਂ ਵੀ ਪਾਰ ਹੋਜੂ, ਮੋਦੀ 450 ਤੋਂ ਵੀ ਪਾਰ ਹੋਜੂ, ਪਰ ਤੈਨੂੰ ਲੁਧਿਆਣਾ ਨਹੀਂ ਟੱਪਣ। ਰਾਜਾ ਵੜਿੰਗ ਬਾਰੇ ਤੁਸੀਂ ਕੀ ਕਹੋਗੇ? ਉਹ ਤਾਂ ਲੁਧਿਆਣੇ ਤੋਂ ਮਤਲਬ ਵਿਰੋਧੀ ਧਿਰ ਇਹ ਕਹਿ ਰਹੇ ਨੇ ਕਿ ਲੁਧਿਆਣੇ ਤੋਂ ਰਾਜਾ ਵੜਿੰਗ ਹੈ ਨਹੀਂ, ਅਤੇ ਹੁਣ ਚੋਣਾਂ ਦੇ ਵਿੱਚ ਖੜ੍ਹੇ ਹੋਏ ਨੇ ਲੁਧਿਆਣੇ ਦੇ ਲੋਕ, ਕਿਸ ਤਰ੍ਹਾਂ? ਕਹੀ ਤਾਂ ਜਾਂਦੀ, ਮੈਂ ਲੁਧਿਆਣੇ ਦਾ ਪੁੱਤ ਹਾਂ, ਮੈਂ ਲੁਧਿਆਣੇ ਦਾ ਪੁੱਤ ਹਾਂ, ਪੁੱਤ ਬਣ ਗਿਆ ਜੀ ਹੁਣ ਲੁਧਿਆਣੇ ਦਾ ਜੀ, ਉਹ ਲੁਧਿਆਣੇ ਦਾ ਪੁੱਤ ਤਾਂ ਅਸੀਂ ਹਾਂ ਜਿਹੜੇ ਲੁਧਿਆਣੇ ਵਾਸਤੇ ਲੜਦੇ ਹਾਂ, ਤੂੰ ਕਹਿੰਦਾ ਪੁੱਤ ਤੇਰਾ, ਅੱਜ ਪਹਿਲੀ ਵਾਰ ਤਾਂ ਤੇਰਾ ਮੂੰਹ ਦੇਖਿਆ। ਰਾਜਾ ਵੜਿੰਗ ਨੂੰ ਕਹਿੰਦਾ ਵਾ ਵੀ ਭਗਵੰਤ ਮਾਨ ਨੂੰ ਮਾਰ ਥਾਪੀ, ਕਿਹੜਾ ਆਮ ਆਦਮੀ ਪਾਰਟੀ ਖਿਲਾਫ਼ ਤਾਂ ਬੋਲਦਾ ਹੀ ਨਹੀਂ, ਉਹਨੂੰ ਪਤਾ ਵੀ ਬਾਡੀਆਂ ਜਿਹੜੀਆਂ ਲਵਾਈਆਂ ਸੀਗੀਆਂ ਦੂਜੇ ਰਾਜ ਜਾਂਚ ਹੋਜੂਗੀ, ਆਹ ਲੋਕ ਕਾਣੇ ਨੇ ਕਿਹੜਾ ਦਬਕਾ ਨਹੀਂ ਮਾਰਦੇ। ਜਾਂ ਰਾਜਾ ਵੜਿੰਗ ਮੈਨੂੰ ਚੈਲੰਜ ਕਰ ਲਵੇ, ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਵਾਂ ਵੀ ਮੇਰੀ ਬਾਡੀ 'ਤੇ ਜਾਂਚ ਕਰਵਾ ਦੇ, ਬਿਜ਼ਨਸ ਨੂੰ ਚਿੱਠੀ ਪਾ ਦੇ ਮੈਂ ਪਾ ਦਿੰਦਾ ਵਾਂ, ਆਹ ਲੋਕ ਜਾਂ ਨਹੀਂ ਕਹਿੰਦਾ ਬਾਬਾ ਆਹ ਇਹਨਾਂ ਨੇ ਪੈਸੇ ਬਣਾਏ ਹੋਏ ਨੇ। ਧਰਮ ਦੀ ਰਾਜਨੀਤੀ ਕਰਦੇ ਹਾਂ ਅਸੀਂ, ਵਾਹਿਗੁਰੂ ਨੂੰ ਵੀ ਮੰਨਦੇ ਹਾਂ ਅਸੀਂ, ਪ੍ਰਭੂ ਰਾਮ ਨੂੰ ਵੀ ਮੰਨਦੇ ਹਾਂ ਅਸੀਂ, ਸਾਰੇ ਪਾਸੇ ਨੀਵਾਂ ਸਰ ਕਰਕੇ ਲੰਘਦੇ ਹਾਂ, ਲੇਕਿਨ ਆਹ ਲੋਕ ਜਿਹੜੇ ਹੈਗੇ ਆ ਧਰਮ ਦੀ ਰਾਜਨੀਤੀ ਕਰਕੇ ਅੱਜ ਇਹਨਾਂ ਨੂੰ ਸ਼੍ਰੀ ਰਾਮ ਜੀ ਆ ਗਏ। ਲੁਧਿਆਣੇ ਟਾਈਮ ਸੇਖ ਲਓ ਤੁਸੀਂ ਅਤੇ ਮੈਂ ਹਰਸ਼ ਕੌਰ। ਲੁਧਿਆਣੇ ਦੇ ਵਿੱਚ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨੇ ਜਾ ਚੁੱਕੇ ਨੇ, ਅਤੇ ਉੱਥੇ ਹੀ ਲੁਧਿਆਣੇ ਦੇ ਵਿੱਚ ਵੱਖ ਵੱਖ ਤਰੀਕੇ ਦੇ ਨਾਲ ਅਵੇਅਰਨੈਸ ਕ੍ਰੀਏਟ ਕਰਦੇ ਹੁੰਦੇ ਨਜ਼ਰ ਆਉਂਦੇ ਨੇ ਟੀਟੂ ਬਾਣੀਆ, ਜੋ ਕਿ ਉਹਨਾਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ ਲੁਧਿਆਣੇ ਤੋਂ ਆਜ਼ਾਦ ਵਜੋਂ ਚੋਣ ਲੜਨਗੇ, ਚੋਣ ਮੈਦਾਨ ਦੇ ਵਿੱਚ ਉਤਰ ਗਏ ਨੇ, ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਟੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਕਿਵੇਂ ਦੀ ਤਿਆਰੀ ਸ਼ੁਰੂ ਕੀਤੀ ਹੈ, ਜਿਸ ਤਰ੍ਹਾਂ ਪਤਾ ਲੱਗਿਆ ਕਿ ਤੁਸੀਂ ਆਜ਼ਾਦ ਚੋਣ ਲੜਨ ਜਾ ਰਹੇ ਹੋ ਲੁਧਿਆਣੇ ਤੋਂ?
ਨਹੀਂ ਹਜੇ ਤਾਂ ਜੀ ਸਾਡੀ ਕੋਈ ਤਿਆਰੀ ਨਹੀਂ ਆ, ਹਜੇ ਤਾਂ ਸਾਡੀ ਤਿਆਰੀ ਹੈਗੀ ਆ ਫਿਰ ਫਾਰਮ ਭਰਨ ਦੀ, ਕਿਉਂਕਿ ਸਾਡੀ ਤਿਆਰੀ ਤਾਂ ਉਦੋਂ ਹੋਣੀ ਆ ਜਦੋਂ ਚੋਣ ਕਮਿਸ਼ਨ ਨੇ ਸਾਨੂੰ ਚੋਣ ਨਿਸ਼ਾਨ ਦਿੱਤਾ ਅਗਰ, ਅਤੇ ਬਾਕੀ ਕੋਈ ਗੱਲ ਨਹੀਂ ਆ, ਦੇਖਦੇ ਹਾਂ ਜੀ ਅੱਗੇ ਅੱਗੇ ਕਿਵੇਂ ਕਿਵੇਂ। ਅੱਛਾ, ਅਗਰ ਚੋਣ ਨਿਸ਼ਾਨ ਮਿਲ ਜਾਂਦਾ ਫਿਰ ਕੀ ਲੱਗਦਾ ਕਿਵੇਂ ਦੀ ਸਪੋਰਟ ਜਿਹੜੇ ਕਿ ਲੁਧਿਆਣੇ ਦੇ ਲੋਕ ਤੁਹਾਨੂੰ ਦੇਣਗੇ? ਦੇਖੋ ਜੀ, ਲੁਧਿਆਣੇ ਦੇ ਲੋਕਾਂ ਨੇ ਜੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਵਾ, ਆਪਣੇ ਬੱਚਿਆਂ ਦੀ ਸੋਚ ਬਾਰੇ ਸੋਚਣਾ ਵਾ, ਤਾਂ ਉਹਨਾਂ ਨੂੰ ਟੀਟੂ ਬਾਣੀ ਨੂੰ ਵੋਟ ਪਾਉਣੀ ਪੈਣੀ ਆ, ਕਿਉਂਕਿ ਜਿਹੜੇ ਸਾਡੇ ਲੀਡਰ ਖੜੇ ਨੇ ਉਹ ਗੁੰਗੇ ਨੇ, ਬਹਿਰੇ ਨੇ, ਨਾ ਤਾਂ ਉਹਨਾਂ ਨੂੰ ਲੋਕਾਂ ਦੀ ਆਵਾਜ਼ ਹੁੰਦੀ ਆ, ਨਾ ਲੋਕਾਂ ਦੇ ਮੁੱਦੇ ਚੁੱਕਦੇ ਆ, ਗੱਲਾਂ ਕੀ ਕਰਦੇ ਆ, ਗੱਲਾਂ ਇੱਕ ਦੂਜੇ 'ਤੇ ਦੂਸ਼ਣਬਾਜ਼ੀ, ਚਿੱਕੜ ਛੁੱਟਦੇ ਆ, ਅਤੇ ਆਪਣੇ ਆਪ ਨੂੰ ਕਹਿ ਦਿੰਦੇ ਅਸੀਂ ਸਾਧ ਆ ਅਤੇ ਦੂਜੇ ਨੂੰ ਕਹਿ ਦਿੰਦੇ ਚੋਰ ਆ, ਅਤੇ ਲੇਕਿਨ ਦੱਸਦੇ ਹੈ ਨਹੀਂ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਵੀ ਉਹ ਚੋਰ ਆ, ਅਸੀਂ ਕਰਪਟ ਆ ਕਰਾਂ, ਲੇਕਿਨ ਮੁੱਦਿਆਂ ਦੀ ਰਾਜਨੀਤੀ ਇੱਥੇ ਹੋ ਨਹੀਂ ਰਹੀ ਕਰਾਂ, ਇੱਥੇ ਇੱਕ ਦੂਜੇ 'ਤੇ ਐਲੀਗੇਸ਼ਨ ਲੱਗਦੇ ਨੇ ਕਰਾਂ, ਅਤੇ ਇੱਕ ਦੂਜੇ ਨੂੰ ਭੰਡਣ ਦਾ ਕੰਮ ਕਰਦੇ ਆ, ਅਤੇ ਸਾਡੇ ਜਿਹੜੇ ਲੁਧਿਆਣੇ ਜ਼ਿਲ੍ਹੇ ਦੇ ਮੁੱਦੇ ਤਿਉਂ ਦੇ ਤਿਉਂ ਖੜੇ ਆ, ਅਤੇ ਇਸ ਕਰਕੇ ਟੀਟੂ ਬਾਣੀਆ ਹਮੇਸ਼ਾ ਮੁੱਦਿਆਂ ਦੀ ਯਾਨੀ ਰਾਜਨੀਤੀ ਕਰਦੇ, ਤਾਂ ਨਹੀਂ ਆ ਵੀ ਉਹਨੇ ਭਗਵੰਤ ਮਾਨ ਨੇ ਦੂਜਾ ਵਿਆਹ ਕਰਵਾ ਲਿਆ ਜੀ, ਜਾਂ ਆਹ ਬਾਹਰਲਾ ਉਮੀਦਵਾਰ ਆ ਜੀ, ਆਹ ਦੂਜਾ ਵਾ ਜੀ, ਅਤੇ ਉਹਨੇ ਪਾਰਟੀ ਬਦਲ ਲਈ, ਅਤੇ ਰਵਨੀਤ ਬਿੱਟੂ ਦਾ ਤੁਹਾਨੂੰ ਪਤਾ ਹੀ ਆ, ਜਿਹਨੇ ਪਹਿਲਾਂ ਨਹੀਂ ਕੱਖ ਕੀਤਾ, 15 ਸਾਲ ਹੈ ਐਮ ਪੀ ਬਣ ਕੇ ਕਰਾਉਣ, ਉਹਨੇ ਕੀ ਕੱਖ ਕਰਨਾ, ਲੋਕਾਂ ਨੂੰ ਲੁਧਿਆਣੇ ਵਾਸੀਆਂ ਨੂੰ ਸੋਚਣਾ ਪੈਣਾ ਇਹਨਾਂ ਨੂੰ ਵੋਟਾਂ ਪਾਉਣ ਲੱਗੇ। ਅਤੇ ਤੁਸੀਂ ਇਹੋ ਜਿਹਾ ਕਿਹੜਾ ਕੰਮ ਕਰੋਗੇ ਜਿਹੜਾ ਤੁਹਾਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਨੇ ਲੁਧਿਆਣੇ ਤੋਂ ਐਮ ਪੀ ਵਜੋਂ ਨਹੀਂ ਕੀਤਾ? ਦੇਖੋ ਜੀ, ਕੰਮ ਤਾਂ ਬਥੇਰੇ ਕਰਨ ਵਾਲੇ ਆ, ਮੈਂ ਐਮ ਪੀ ਵੀ ਹੈ ਨਹੀਂ ਕਿਹਾ, ਕੰਮ ਮੈਂ ਪਹਿਲਾਂ ਹੀ ਬਥੇਰੇ ਕਰਾਇਆ, ਤੁਹਾਡੀ ਮੀਡੀਆ ਦੀ ਯਾਨੀ ਯੋਗਦਾਨ ਨਾਲ ਕਰਾਂ, ਕਾਫੀ ਸੜਕਾਂ ਟੁੱਟੀਆਂ ਹੋਈਆਂ ਸੀਗੀਆਂ, ਰੌਲਾ ਪਾ ਪਾ ਕੇ ਬਣਾਈਆਂ ਨੇ ਕਰਾਂ, ਆਹ ਪੈਟਰੋਲ ਸੀਗਾ ਕਿੰਨਾ ਰੌਲਾ ਪਾਇਆ ਪੈਟਰੋਲ ਪਿੱਛੇ ਕਰਾਂ, ਆਹ ਬੁੱਢਾ ਨਾਲਾ ਰੌਲਾ ਪਾ ਪਾ ਕੇ ਚਲੋ ਥੋੜ੍ਹਾ ਮੋਟਾ ਸੀ, ਉੱਥੇ ਸਟਰਗਲ ਕਰ ਰਹੇ ਹਾਂ, ਮੁੱਦਿਆਂ ਦੀ ਰਾਜਨੀਤੀ ਅਸੀਂ ਕਰਦੇ ਹਾਂ, ਲੇਕਿਨ ਸਾਨੂੰ ਪਤਾ ਵਾ ਵੀ ਜਿਹੜੇ ਸਾਡੇ ਲੀਡਰ ਨੇ ਕਰਾਂ ਅਤੇ ਉਹ ਇੱਕ ਦੂਜੇ ਨਾਲ ਮਿਲੇ ਹੋਏ ਨੇ, ਇੱਕ ਦੂਜੇ ਨਾਲ ਰਲ ਮਿਲ ਕੇ ਚੱਲਦੇ ਆ, ਪਰ ਲੋਕਾਂ ਨੂੰ ਲੜਾਉਣ ਦੀ ਰਾਜਨੀਤੀ ਕਰਦੇ ਆ, ਲੋਕਾਂ ਨੂੰ ਭੜਕਾਉਂਦੇ ਆ, ਆਹ ਦੇਖੋ ਹੁਣ ਜੱਫੀਆਂ ਪਾ ਰਹੇ ਇੱਕ ਦੂਜੇ ਨਾਲ, ਰਵਨੀਤ ਸਿੰਘ ਬਿੱਟੂ ਦੇ ਰਾਜਾ ਬਣੇ, ਹਾਂ ਜੱਫੀਆਂ ਪਾ ਰਹੇ, ਮੈਂ ਤਾਂ ਕਹਿੰਦਾ ਜੀ ਜਿਹੜੀ ਲੀਡਰੀ ਪੰਜਾਬ ਦੀ ਲੀਡਰੀ ਆ ਨਾ ਉਹ ਬੇਸ਼ਰਮਾਂ ਦੀ ਲੀਡਰੀ ਹੋ ਗਈ, ਸ਼ਰਮ ਰਹੀ ਨਹੀਂ ਇਹਨਾਂ ਨੂੰ, ਉਹ ਮੈਂ ਦੇਖਿਆ ਜਾਗਰਣ ਚੱਲਦਾ ਪਿਆ ਸੀਗਾ, ਕਨਈਆ ਜੀ ਭੇਟਾ ਗਾ ਰਹੇ ਸੀਗੇ, ਅਤੇ ਰਵਨੀਤ ਬਿੱਟੂ ਜੀ ਵੀ, ਮੈਂ ਤਾਂ ਕਨਈਆ ਮਿੱਤਲ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮਗਰ, ਉਹ ਵੀ ਰਵਨੀਤ ਬਿੱਟੂ ਨੂੰ ਵੀ ਨਾਲ ਹੀ ਲੈ ਜਾਂਦੇ, ਇਹ ਤਾਂ ਢੋਲਕੀ ਢੋਲਕੀ ਵਜਾਉਂਦਾ ਰਹੂਗਾ, ਅਸੀਂ ਇਹਦੀ ਸਿਆਸਤ ਤੋਂ ਦੁਖੀ ਹੋ ਗਏ ਕਰਾਂ, ਅਸੀਂ ਕਿਰਪਾ ਕਰਕੇ ਕਨਈਆ ਮਿੱਤਲ ਜੀ ਤੁਸੀਂ ਵਧੀਆ ਗਾ ਰਹੇ ਹੋ ਕਰਾਂ, ਵਧੀਆ ਮਾਤਾ ਦਾ ਗੁਣਗਾਨ ਕਰਦੇ ਹੋ ਕਰਾਂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਇਹਨੂੰ ਵੀ ਕੋਈ ਨਾ ਕੋਈ ਢੋਲਕੀ ਬਾਜਾ ਸਿਖਾ ਦੇ, ਅਤੇ ਸਾਡੇ ਤੋਂ ਖੜਾ ਛੜਾ ਹੈ ਤਾਂ ਕੀ ਮਤਲਬ ਉਹ ਰਾਜਨੀਤੀ ਛੱਡ ਦੇਣ ਰਵਨੀਤ ਸਿੰਘ ਬਿੱਟੂ? ਦੁਖੀ ਹੋਏ ਬੈਠੇ ਲੋਕੀ ਕਰਾਂ, ਰਾਜਨੀਤੀ ਛੱਡ ਦਿਓ, ਰਾਜਨੀਤਿਕ ਇਹਨਾਂ ਨੇ ਕੰਮ ਕੀਤਾ ਕੀ, ਇਹਨਾਂ ਨੇ ਕਰਾਂ ਤਨਖਾਹ ਹੈ ਸਾਡੀਆਂ, ਗਨਮੈਨ ਸਾਡੇ ਜੱਡ ਸੁਰੱਖਿਆ ਲਈ ਫਿਰਦੇ ਕਰਾਂ, ਹੈ ਅਤੇ 15 'ਚ ਉਹਨੂੰ ਮੋਦੀ ਦੇ ਲਾਰੇ ਪਤਾ ਲੱਗ ਲੱਗ ਗਏ, ਮੋਦੀ ਕਹਿੰਦਾ ਬੋਰਡ ਵੱਡੇ ਵੱਡੇ ਲੱਗੇ ਹੋਏ ਆ, ਕਹਿੰਦਾ ਮੋਦੀ 400 ਤੋਂ ਪਾਰ, ਮੈਂ ਰਵਨੀਤ ਬਿੱਟੂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਚੌਂਕ 'ਚ ਖੜ ਕੇ ਗੋਲੀ ਮਾਰ ਦਿਓ ਕਰਾਂ, ਮੋਦੀ 500 ਤੋਂ ਵੀ ਪਾਰ ਹੋਜੂ, ਮੋਦੀ 450 ਤੋਂ ਵੀ ਪਾਰ ਹੋਜੂ, ਪਰ ਤੈਨੂੰ ਲੁਧਿਆਣਾ ਨਹੀਂ ਟੱਪਣ ਦਿੰਦੇ ਐਤਕੀ, ਅਤੇ ਨਾਲੇ ਇੱਕ ਵਾਅਦਾ ਮੈਂ ਹੋਰ ਕਰਦਾ ਵਾਂ, ਆਹ ਰਵਨੀਤ ਬਿੱਟੂ ਨੂੰ ਹਰਾ ਕੇ ਫਿਰ ਪਾਰਟੀ ਵੀ ਮੈਂ ਰਵਨੀਤ ਬਿੱਟੂ ਵਾਲੀ ਜੁਆਇਨ ਕਰਨੀ ਆ, ਇਹ ਤੋਂ ਹੀ ਸਰੂਪਾ ਪਵਾਉਣਾ ਮੈਂ ਆਪਦੇ ਗੱਲ 'ਚ, ਬੀਜੇਪੀ ਦੇ ਵਿੱਚ ਜਾਣ ਦੀ ਸੋਚ ਰਹੇ ਹੋ? ਬੀਜੇਪੀ ਦੇ ਵਿੱਚ ਜਾਊਂ ਜਦੋਂ ਇਹਨੂੰ ਪਹਿਲਾਂ ਮੈਂ ਹਰਾਊਂਗਾ ਕਰਾਂ, ਅੱਛਾ ਭਰਾ ਭਰਾ ਇਕੱਠੇ ਹੋ ਜਾਵਾਂਗੇ ਕਰਾਂ, ਮੈਂ ਜਿੱਤ ਜੂੰਗਾ ਹਰਜੂਗਾ ਕਰਾਂ, ਜਿੱਤ ਕੇ ਤਾਂ ਮੈਂ ਟਿਕਟ ਮੈਂ ਬਿੱਟੂ ਨੂੰ ਦੇ ਦੂੰਗਾ। ਉਸ ਤਾਂ ਰਵਨੀਤ ਸਿੰਘ ਬਿੱਟੂ ਨੂੰ ਵੱਡਾ ਭਰਾ ਕਹਿੰਦੇ ਸੀਗੇ ਕਿ ਉਹਨਾਂ ਦਾ ਵੱਡਾ ਭਰਾ ਹੈ ਤੇ ਉਹਨਾਂ ਨੇ ਪਾਰਟੀ ਚੇਂਜ ਕਰ ਲਈ, ਕੀ ਸੋਚਿਆ ਸੀਗਾ ਉਦੋਂ? ਦੇਖੋ ਜੀ, ਭਰਾ ਤਾਂ ਸਾਰੇ ਵੱਡੇ ਹੀ ਆ ਜਿੰਨੇ ਵੀ ਖੜੇ ਆ, ਭਰਾ ਵੱਡੇ ਆ, ਸਾਡੀ ਕੋਈ ਜ਼ਮੀਨੀ ਰੌਲਾ ਨਹੀਂ ਸਾਡਾ, ਸਾਡਾ ਨਾ ਕੋਈ ਜ਼ਮੀਨੀ ਰੌਲਾ ਵਾ, ਨਾ ਸਾਡਾ ਕੋਈ ਪੈਸਿਆਂ ਦਾ ਰੌਲਾ ਵਾ, ਮੇਨ ਤਾਂ ਆਹ ਵਾ ਵੀ ਤੁਸੀਂ ਲੋਕਾਂ ਦੇ ਕੰਮ ਨਹੀਂ ਕਰਦੇ,
ਲੋਕਾਂ ਨੂੰ ਦਿਖਾਈ ਨਹੀਂ ਦਿੰਦੀ ਲੋਕਾਂ ਨੂੰ, ਯਾਨੀ ਲੋਕ ਮੁੱਦੇ ਦੀ ਗੱਲਬਾਤ ਆ ਜੀ। ਜਿਵੇਂ ਤੁਸੀਂ ਉਹ ਵੀਡੀਓ ਦੀ ਵੀ ਗੱਲ ਕੀਤੀ, ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਕਨਈਆ ਮਿੱਤਲ ਦੇ ਪੈਰੀ ਹੱਥ ਲਗਾਉਂਦੇ ਵੀ ਨਜ਼ਰ ਆਏ ਨੇ। ਵੋਟਾਂ ਦੇ ਦਿਨਾਂ ਦੇ ਵਿੱਚ ਤਾਂ ਬਹੁਤ ਕੁਝ ਕਰਦੇ ਆ, ਹੱਥ ਵੀ ਜੋੜਦੇ ਆ। ਹੁਣ ਆਪਣੇ ਸਨੀ ਕੈਦ ਸੀਗਾ, ਉਹਨੂੰ ਘਰੇ ਬੁਲਾ ਕੇ ਕੁੱਟਿਆ ਗਿਆ। ਅੱਛਾ, ਉਹਦੀ ਦਸਤਾਰ ਦੀ ਬੇਇੱਜ਼ਤੀ ਵੀ ਕੀਤੀ ਗਈ, ਡੀ ਸੀ ਦਫ਼ਤਰ ਧਰਨਾ ਲੱਗਿਆ। ਮੈਨੂੰ ਉਸ ਗੱਲ ਦਾ ਅੱਜ ਵੀ ਦੁੱਖ ਆ, ਮੈਨੂੰ ਉਹ ਦੁੱਖ ਆ। ਪਰ ਉਹ ਫਿਰ ਉਹਦੇ ਵਾਸਤੇ ਵੋਟਾਂ ਮੰਗੀ ਜਾਂਦਾ ਵਾ। ਫਿਰ ਇੱਕ ਸਾਡਾ ਉਹ ਮੇਰਾ ਗੋਸਾ ਵੀਰ, ਕੀ ਨਾਮ ਆ ਵੀਰ ਦਾ ਮੇਰੇ ਦਾ, ਉਹ ਇੰਟਰਵਿਊ ਦਿੰਦਾ ਹੁੰਦਾ ਸੀਗਾ, ਕਹਿੰਦਾ ਟੀਟੂ ਬਾਣੀਆ ਰਮਨੀਤ ਬਿੱਟੂ ਨਾਲ ਚੰਗਾ ਵਾ। ਉਹ ਮੇਰੇ ਕੋਲ ਇੰਟਰਵਿਊ ਵੀ ਪਈ ਆ, ਅਤੇ ਜੇ ਚੰਗਾ ਤਾਂ ਟੀਟੂ ਬਾਣੀਆ ਵਾਸਤੇ ਵੀਰ ਵੋਟਾਂ ਮੰਗ, ਕਾਹਨੂੰ ਤੂੰ ਬੇਕਾਰ ਲੋਕਾਂ ਵਾਸਤੇ ਵੋਟਾਂ ਮੰਗਦਾ। ਇਸ ਕਰਕੇ ਆਹ ਜਿਹੜੇ ਲੋਕ ਹੈਗੇ ਆ, ਵੋਟਾਂ ਦਿਨਾਂ ਦੇ ਸਾਰਾ ਕੁਝ ਕਰਦੇ ਆ। ਅਤੇ ਤੁਸੀਂ ਬੋਰਡ ਵੀ ਦੇਖੇ ਹੋਣੇ ਆ, ਵੱਡੇ ਵੱਡੇ ਲੱਗੇ ਜਿਹੜੇ, ਉਹਦੇ ਵਿੱਚ ਮੋਦੀ ਦੀ ਫੋਟੋ ਆ ਅਤੇ ਰਮਨੀਤ ਬਿੱਟੂ ਦੀ ਫੋਟੋ ਆ। ਅਤੇ ਜਦੋਂ ਕੋਈ ਦੂਜੀ ਪਾਰਟੀ ਨੇ ਜੁਆਇਨ ਕੀਤੀ ਆ, ਇਹਨੇ ਕਿਉਂ ਨਹੀਂ ਲਾਇਆ? ਜਿਹਨੇ ਪ੍ਰਧਾਨਾਂ ਦੇ ਕਿਉਂ ਨਹੀਂ ਵੋਟਾਂ ਦੀ ਫੋਟੋ ਲਾਈ? ਵੱਡੇ ਵੱਡੇ ਸੱਪ ਨੇ ਕਿਉਂ ਨਹੀਂ ਲਾਈ? ਹਲਕਾ ਇੰਚਾਰਜ ਨੇ ਕਿਉਂ ਨਹੀਂ ਫੋਟੋ ਲਾਈ? ਇਹਨਾਂ ਦਾ ਜੜਾਂ ਕੁਤਰਨੀਆਂ ਨੇ ਜਿਹੜੇ ਬੀਜੇਪੀ ਵਾਲੇ ਆ। ਮਤਲਬ ਬੀਜੇਪੀ ਵਾਲਿਆਂ ਨੂੰ, ਪੁਰਾਣਿਆਂ ਨੂੰ ਬੇਨਤੀ ਕਰਦਾ ਵੀ ਇਹਨੂੰ ਵੋਟਾਂ ਪਾਉਣ ਦੀ ਲੋੜ ਨਹੀਂ, ਨਾਲ ਤੁਰੀ ਫਿਰੀ ਜਾਊਗਾ, ਵੋਟ ਪਾਓ ਮੈਨੂੰ ਪੂਰਾ। ਅੱਜ ਇਹਨਾਂ ਨੂੰ ਧਰਮ ਦੀ ਰਾਜਨੀਤੀ ਕਰਦੇ ਆ। ਅਸੀਂ ਵਾਹਿਗੁਰੂ ਨੂੰ ਵੀ ਮੰਨਦੇ ਹਾਂ, ਅਸੀਂ ਪ੍ਰਭੂ ਰਾਮ ਨੂੰ ਵੀ ਮੰਨਦੇ ਹਾਂ, ਅਸੀਂ ਸਾਰੇ ਪਾਸੇ ਨੀਵਾਂ ਸਰ ਕਰਕੇ ਲੰਘਦੇ ਹਾਂ, ਲੇਕਿਨ ਆਹ ਲੋਕ ਜਿਹੜੇ ਹੈਗੇ ਆ ਧਰਮ ਦੀ ਰਾਜਨੀਤੀ ਕਰਕੇ ਅੱਜ ਇਹਨਾਂ ਨੂੰ ਸ਼੍ਰੀ ਰਾਮ ਚੇਤੇ ਆ ਗਿਆ। ਅੱਜ ਪਹਿਲਾਂ ਕਿੱਥੇ ਸੀ ਆ? ਅੱਜ ਇਹਨਾਂ ਨੂੰ ਇਹ ਆ ਵੀ ਮੋਦੀ ਉੱਥੇ ਆਜੂਗਾ, ਮੋਦੀ ਆਵੇ ਭਾਵੇਂ ਨਾ ਆਵੇ, ਪਰ ਬਿੱਟੂ ਭਾਜੀ ਮੈਂ ਤੈਨੂੰ ਨਹੀਂ ਆਉਣ ਦਿੰਦਾ, ਗੱਲ ਖਤਮ। ਬਸ ਤੁਹਾਡੀ ਮੇਨ ਜਿਹੜੀ ਕਿ ਰੋਸ ਜਿਹੜਾ ਹੈਗਾ, ਗੁੱਸਾ ਹੈ, ਉਹ ਸਿਰਫ ਰਮਨੀਤ ਸਿੰਘ ਬਿੱਟੂ ਤੇ ਆ ਨਾ ਜੀ, ਨਾ ਬਾਕੀ ਮੈਨੂੰ ਜ਼ਹਿਰ ਲੱਗਦੇ ਬਾਕੀ ਵੀ। ਤੇ ਰਾਜਾ ਵੜਿੰਗ ਬਾਰੇ ਤੁਸੀਂ ਕੀ ਕਹੋਗੇ? ਉਹ ਤਾਂ ਲੁਧਿਆਣੇ ਤੋਂ, ਮਤਲਬ ਵਿਰੋਧੀ ਧਿਰ ਇਹ ਕਹਿ ਰਹੇ ਨੇ ਕਿ ਲੁਧਿਆਣੇ ਤੋਂ ਰਾਜਾ ਵੜਿੰਗ ਹੈ ਨਹੀਂ, ਤੇ ਹੁਣ ਚੋਣਾਂ ਦੇ ਵਿੱਚ ਖੜੇ ਹੋਏ ਨੇ ਲੁਧਿਆਣੇ ਦੇ ਲੋਕ, ਕਿਸ ਤਰ੍ਹਾਂ? ਹੁਣ ਉਹ ਕਹੀ ਤਾਂ ਜਾਂਦੇ ਮੈਂ ਲੁਧਿਆਣੇ ਦਾ ਪੁੱਤ ਹਾਂ, ਮੈਂ ਲੁਧਿਆਣੇ ਦਾ ਪੁੱਤ ਹਾਂ, ਪੁੱਤ ਬਣ ਗਿਆ ਜੀ ਲੁਧਿਆਣੇ ਦਾ ਜੀ। ਉਹ ਲੁਧਿਆਣੇ ਦਾ ਪੁੱਤ ਤਾਂ ਅਸੀਂ ਹਾਂ ਜਿਹੜੇ ਲੁਧਿਆਣੇ ਵਾਸਤੇ ਲੜਦੇ ਹਾਂ। ਤੂੰ ਕਹਿੰਦਾ ਪੁੱਤ ਕਰਾ, ਅੱਜ ਪਹਿਲੀ ਵਾਰ ਤਾਂ ਤੇਰਾ ਮੂੰਹ ਦੇਖਿਆ ਵਾ, ਅੱਜ ਦਾ ਪਤਾ ਵੀ ਹੈ ਨਹੀਂ ਵੀ ਰਾਜਾ ਵੜਿੰਗ ਆਹ ਕਿੱਥੋਂ ਦੇ ਆ। ਅਤੇ ਨਾਲੇ ਰਾਜਾ ਵੜਿੰਗ ਨੂੰ ਕਹਿੰਦਾ ਵਾ ਵੀ ਭਗਵੰਤ ਮਾਨ ਨੂੰ ਮਾਰ ਥਾਪੀ ਕਰਾ, ਆਮ ਆਦਮੀ ਪਾਰਟੀ ਖਿਲਾਫ਼ ਤਾਂ ਬੋਲਦਾ ਹੀ ਨਹੀਂ ਉਹ, ਉਹਨੂੰ ਪਤਾ ਵੀ ਬਾਡੀਆਂ ਜਿਹੜੀਆਂ ਲਵਾਈਆਂ ਸੀਗੀਆਂ ਦੂਜੇ ਰਾਜ ਜਾਂਚ ਹੋ ਜੂਗੀ ਕਰਾ, ਆਹ ਲੋਕ ਕਾਣੇ ਦੇ ਕਰਾ, ਦਬਕਾ ਨਹੀਂ ਮਾਰਦੇ, ਅਸੀਂ ਦਬਕਾ ਮਾਰ ਦਿੰਦੇ ਹਾਂ ਜਿਹਨੂੰ ਮਰਜ਼ੀ ਮਰਵਾ ਦਿਓ ਕਰਾ। ਅਸੀਂ ਕਹਿੰਦੇ ਸਾਡੇ ਭੇਜੇ ਭਗਵੰਤ ਮਾਨ ਈਡੀ ਆ ਵਿਜੀਲੈਂਸ, ਅਤੇ ਆਹ ਕਹਿ ਕੇ ਦਿਖਾਵੇ ਕਰਾ ਵੀ ਭੇਜੋ ਈਡੀ, ਜਾਂ ਰਾਜਾ ਵੜਿੰਗ ਮੈਨੂੰ ਚੈਲੰਜ ਕਰ ਲਵੇ, ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਵਾ ਵੀ ਮੇਰੀ ਬਾਡੀ 'ਤੇ ਜਾਂਚ ਕਰਵਾ ਦੇ, ਵਿਜੀਲੈਂਸ ਨੂੰ ਚਿੱਠੀ ਪਾ ਦੇ ਮੈਂ ਪਾ ਦਿੰਦਾ ਵਾ। ਆਹ ਲੋਕ ਯਾਨੀ ਕਹਿੰਦਾ ਬਾਬ ਆਹ ਇਹਨਾਂ ਨੇ ਪੈਸੇ ਬਣਾਏ ਹੋਏ ਨੇ, ਕਰਾ ਪੈਲਸਾਂ ਦੇ ਵਿੱਚ ਕਰਦੇ ਆ, ਊਂ ਇਹਨਾਂ ਕੋਲ 10 ਰੁਪਏ ਨੇ ਗਰੀਬ ਨੂੰ ਦੇਣ ਨੂੰ ਕਰਾ, ਹੁਣ ਵੱਡੇ ਵੱਡੇ ਹੋਟਲਾਂ ਦੇ ਵਿੱਚ ਕਿੱਥੋਂ ਆਉਂਦੇ ਪੈਸੇ ਇਹਨਾਂ ਨੂੰ ਪੁੱਛੋ ਕਰਾ, ਇਹਨਾਂ ਨੇ ਰੁੱਖ ਲਾਏ ਇਹਨਾਂ ਨੇ। ਪਰ ਹੁਣ ਚੋਣ ਪ੍ਰਚਾਰ ਜਿਵੇਂ ਦੇਖ ਰਹੇ ਹੋ, ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ, ਰੈਲੀਆਂ ਕੀਤੀ ਜਾ ਰਹੀਆਂ। ਬਾਜੀ ਲੋਕ ਕਾਹਦੇ ਪਹੁੰਚਦੇ ਜੀ, ਪੂਰੇ ਪੰਜਾਬ ਤੋਂ ਬੰਦੇ ਇਕੱਠੇ ਕੀਤੇ ਜਾਂਦੇ ਜੀ, ਦਿਹਾੜੀ 'ਤੇ ਵੀ ਲਿਆ ਜਾਂਦੇ, ਤੁਹਾਡੇ ਚੈਨਲ ਵੀ ਦੇਖੀਦੀ ਆ, ਅਤੇ ਲਾਲਚ ਦਾਰੂ ਦਾ ਵੀ ਦਿੰਦੇ ਆ, ਪੈਸੇ ਦਾ ਵੀ ਦਿੰਦੇ ਆ। ਜਿਹੜਾ ਪੰਜਾਬ ਦੇ ਵਿੱਚ ਗਧਾ ਵਾ, ਗਧਾ ਖਰੀਦਣ ਚਲੇ ਜਾਓ, 50,000 ਤੋਂ ਘੱਟ ਨਹੀਂ ਮਿਲਦਾ ਗਧਾ। ਅਤੇ ਇਹਨਾਂ ਦੇ ਲੋਕਾਂ ਦੀ ਵੋਟਾਂ ਦੀ ਕੀਮਤ 500 ਰੁਪਈਆ, ਅਤੇ ਜਾਂ ਫਿਰ ਬੋਤਲ ਦਾਰੂ ਸੀ, ਅਤੇ ਜਾਂ ਫਿਰ ਕਹਿੰਦੇ ਆ ਪੰਜਾਬੀ ਇਹਨਾਂ ਨੇ ਵਿਹਲੇ ਕੀਤੇ ਹੋਏ ਆ, ਬੇਰੁਜ਼ਗਾਰ ਕੀਤੇ ਹੋਏ ਆ, ਕੰਮ ਦਿੰਦੇ ਨਹੀਂ, ਉਹ ਕਹਿੰਦੇ ਵੀ ਚੱਲ 200-200 ਤੇ ਲੈ ਜਾਂਗੇ, 300-300 ਪੰਜਾਬੀ ਵਿਹਲੇ ਆ, ਪੰਜਾਬੀ ਨੂੰ ਵਿਹਲੇ ਮੰਨਦੇ ਆ। ਅਤੇ ਜਿਹੜੇ ਲੋਕਾਂ ਦਾ ਇੱਕ ਮੇਨ ਚੀਜ਼ ਹੈ, ਮੇਨ ਪ੍ਰੋਬਲਮ ਇਹ ਆ ਕਿ ਜਦੋਂ ਲੀਡਰ ਸੜਕਾਂ 'ਤੇ ਦਿਖ ਜਾਂਦੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਚੋਣਾਂ ਆ ਰਹੀਆਂ। ਹਾਂ ਬਸ ਆਹੀ ਆ ਜੀ, ਆਹ ਬਰਸਾਤੀ ਡੱਡੂ ਆ। ਅੱਛਾ, ਵੀ ਚੋਣਾਂ ਆ ਗਈਆਂ ਅਤੇ ਬਸ ਆਹ ਕੀ ਕੰਮ ਆਉਂਦੇ ਆ ਲੋਕਾਂ ਦੇ, ਸਰਕਾਰੀ ਤੇਲ ਪਵਾ ਕੇ
ਭੋਗਾਂ ਦੇ ਜਾਂਦੇ ਜੀ, ਵਿਆਹ ਸ਼ਾਦੀਆਂ 'ਚ 200-400-500 ਸ਼ਗਨ ਦੇ ਆਉਂਦੇ ਆ, ਟੂਰਨਾਮੈਂਟ 'ਤੇ ਰੀਵਨ ਕੱਢਦੇ ਫਿਰਦੇ ਆ, ਅਤੇ ਜਾਂ ਫਿਰ ਕਿਸੇ ਦੀ ਦੁਕਾਨ ਦਾ ਉਦਘਾਟਨ ਕਰਤਾ। ਤੁਸੀਂ ਇਹਨਾਂ ਦੀ ਫੇਸਬੁੱਕ ਚੈੱਕ ਕਰਿਓ, ਜਿਹਨੂੰ ਆਪਾਂ ਸੋਸ਼ਲ ਮੀਡੀਆ ਆਖਦੇ ਹਾਂ, ਵੀ ਆਹ ਇੱਕ ਮੁੱਦੇ ਚੱਕਣ ਦਾ ਵਧੀਆ ਪਲੇਟਫਾਰਮ ਆਪਾਂ ਦੱਸਦੇ ਹਾਂ, ਉਹਨਾਂ ਤੁਸੀਂ ਦੇਖਿਓ ਫਿਰ। ਉਹਦੇ ਬਾਅਦ ਆਹੀ ਆ, ਅੱਜ ਅਸੀਂ ਫਲਾਣੇ ਦੇ ਭੋਗਦੇ ਗਏ ਜੀ, ਅੱਜ ਅਸੀਂ ਫਲਾਣੇ ਵਿਆਹ 'ਚ ਗਏ, ਅਤੇ ਮੈਂ ਤਾਂ ਹੈਰਾਨਗੀ ਦੀ ਕਰਦਾ ਵਾਂ। ਇੱਕ ਵੱਡੇ ਲੀਡਰ ਨਾਲ ਮੇਰੀ ਗੱਲ ਹੋਈ ਸੀ, ਮੈਂ ਲਾਉਂਦਾ ਚੱਲ ਲੈਣਾ ਨਹੀਂ ਕਿਹਾ, ਅਤੇ ਕਹਿੰਦਾ ਮੇਰਾ ਅੱਜ 35ਵਾਂ ਪ੍ਰੋਗਰਾਮ ਆ ਕਰੋਨਾ ਦੌਰਾਨ, ਕਹਿੰਦਾ 35ਵਾਂ ਪ੍ਰੋਗਰਾਮ ਆ। ਮੈਂ ਕਿਹਾ ਜੀ ਇੰਨੇ ਪ੍ਰੋਗਰਾਮ ਕਿੱਥੇ ਲਾਏ? ਕਹਿੰਦਾ ਭੋਗ ਸੀਗੇ, ਕਰੋਨਾ ਦੌਰਾਨ ਮੌਤਾਂ ਬਹੁਤ ਹੋਈਆਂ ਸੀ, ਉਹਨੂੰ ਲੋਕਾਂ ਦੇ ਭੋਗਾਂ ਨੂੰ ਉਹ ਪ੍ਰੋਗਰਾਮ ਦੱਸਦੇ ਆ ਲੋਕ, ਇੱਦਾਂ ਦੇ ਲੋਕ ਆ। ਤੁਹਾਨੂੰ ਪਾਰਟੀਆਂ ਦੇ ਵੱਲੋਂ ਕਾਲ ਵਗੈਰਾ ਆਈ ਹੈ ਕਾਲੀ ਜੀ ਕਿ ਸਾਡੇ ਵੱਲੋਂ ਲੜੋ? ਨਹੀਂ ਜੀ, ਗਰੀਬ ਬੰਦੇ ਨੂੰ ਟਰੈਕਟਰ ਨਹੀਂ ਮਿਲਦੀ ਹੁੰਦੀ ਜੀ, ਆਹ ਤਾਂ ਜਿਹੜਾ ਕੋਈ ਵੱਡਾ ਸੱਪ ਹੋਊਗਾ ਵੱਡੇ ਪੈਸੇ ਵਾਲਾ ਉਹੀ ਕਬਜ਼ਾ ਕਰ ਸਕਦਾ ਵਾ, ਜਾਂ ਹੀ ਬੀਜੇਪੀ ਦੀ ਟਿਕਟ ਮੈਂ ਕਹਿੰਦਾ ਵਾ ਮੈਨੂੰ ਦੇ ਦਿਓ। ਤਾਂ ਜਿਹੜੇ ਬੀਜੇਪੀ ਦੇ ਪ੍ਰਧਾਨ ਜੀ ਸੀਗੇ ਆਹ ਸ਼ਹਿਰੀ ਸੂਰੀ ਜੇ ਐਮ ਸੀ ਮਸੀ ਜੇ, ਉਹਨਾਂ ਨੇ ਮਿੱਟੀ ਪੜਦੇ ਨਹੀਂ ਸੀ ਉਹਨਾਂ ਨੇ, ਇਹ ਗਰੀਬ ਨੂੰ ਨਹੀਂ ਆ ਤਾਂ ਵੱਡਾ ਸੱਪ। ਇਹਦੇ ਵਿੱਚ ਵੀ ਸਿਆਸਤ ਵਿੱਚ ਵੀ ਸੱਪ ਆ, ਵੱਡੀ ਚੀਜ਼ ਛੋਟੀ ਨੂੰ ਦੱਬਦੀ ਆ। ਤੁਸੀਂ ਕਿਹਨੂੰ ਕੰਪੀਟੀਸ਼ਨ ਸਮਝਦੇ ਹੋ, ਕੌਣ ਕੰਪੀਟੀਸ਼ਨ ਦੂਗਾ? ਦੇਖੋ ਜੀ, ਜੇ ਮੁੱਦਿਆਂ ਦੀ ਮੁਕਾਬਲੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਹੈ ਨਹੀਂ ਗਾ, ਜੇ ਮੁੱਦੇ ਦੀ ਗੱਲ ਕਰੀਏ। ਜੇ ਆਪਾਂ ਉੱਦਾਂ ਗੱਲ ਕਰੀਏ ਵੀ ਲੜਾਈ ਆ ਤਾਂ ਮੈਨੂੰ ਸਾਹਮਣੇ ਦੇ ਦੀਦਾ ਵਾ ਵੀ ਸਾਹਮਣੇ ਤਾਕਤਵਰ ਬਹੁਤ ਆ, ਇੱਕ ਪਾਸੇ ਮੁੱਖ ਮੰਤਰੀ, ਐਮ ਐਲ ਏ, ਐਮ ਪੀ, ਮੈਨੂੰ ਐਂ ਲੱਗਦਾ ਵਾ ਜਿਵੇਂ ਮਾਊਸਟ ਐਵਰੇਟ ਦੀ ਚੋਟੀ ਨਹੀਂ ਹੁੰਦੀ ਵੀ ਉਹ ਉੱਥੇ ਖੜ੍ਹੇ ਆ ਲੜਾਈ ਕਰਨ ਨੂੰ, ਮੈਂ ਥੱਲੇ ਖੜ੍ਹਾ ਵਾਂਗਾ, ਇੰਨਾ ਫਰਕ ਲੱਗਦਾ ਵਾ। ਲੇਕਿਨ ਲੜਾਈ ਉਹੀ ਹੁੰਦੀ ਆ ਜਿਹੜਾ ਬੰਦਾ ਉੱਥੇ ਖੜ੍ਹਾ ਹੋਵੇ ਅਤੇ ਸਾਡੇ ਵਰਗੇ ਥੱਲੇ ਖੜ੍ਹੇ ਹੋ ਕੇ ਆਪਦੀ ਧੀਰ ਚਲਾਉਂਗਾ। ਅਤੇ ਅਸ਼ੋਕ ਪ੍ਰਸ਼ਰ ਪੱਪੀ ਤਾਂ ਲੁਧਿਆਣੇ ਤੋਂ ਹੀ ਨੇ, ਲੁਧਿਆਣੇ ਦੇ ਵਿੱਚ ਲੋਕਾਂ ਨਾਲ ਵਿਚਰਦੇ ਨੇ, ਉਹ ਵੀ ਉਹਨਾਂ ਨੂੰ ਵੀ ਜੇ ਟਿਕਟ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਦੇ ਲਈ। 2 ਸਾਲ ਦੇ ਵਿੱਚ ਜੇ ਉਹਨੇ ਇੱਕ ਗਲੀ ਵੀ ਬਣਾਈ ਆ, ਇੱਕ ਨਾਲੀ ਵੀ ਪੱਕੀ ਕਰਾਈ ਆ, ਤਾਂ ਫਿਰ ਮੈਨੂੰ ਦੱਸ ਦਿਓ ਜੀ, ਆਪਾਂ ਜੁਆਇਨ ਹੀ ਕਰ ਲਵਾਂਗੇ। 2 ਸਾਲਾਂ ਦਾ ਪਹਿਲਾਂ ਉਹ ਦੱਸੇ ਵੀ 2 ਸਾਲਾਂ ਤਨਖਾਹ ਲਿੱਤੀ ਹੈ ਲੋਕਾਂ ਤੋਂ, ਕੀ ਕੰਮ ਕਰਵਾਏ ਆ ਕੀ ਨਹੀਂ ਕਰਵਾਏ ਆ ਉਹ ਦੱਸਣ ਪਹਿਲਾਂ ਤਾਂ। ਆਹੀ ਆ ਵੀ ਆਧਾਰ ਕਾਰਡ ਬਣਾ ਦਿਓ ਜੀ, ਆਹ ਪੁਲਿਸ ਦੇ, ਆਹ ਭਾਈ ਆ ਮੇਰਾ ਬੰਦਾ ਵਾ, ਇਹਦੇ ਪਰਚਾ ਕੱਢ ਦਿਓ ਉਸ ਨਾਲ। ਆਹ ਕੰਮ ਥੋੜ੍ਹੀ ਆ, ਸਾਡੇ ਕੰਮ ਹੈਗੇ ਆ ਪੜ੍ਹਾਈ ਲਿਖਾਈ, ਸਿਹਤ ਸੰਬੰਧੀ, ਦੱਸੋ ਕੀ ਕੰਮ ਕੀਤੇ ਗਾ। ਮੈਨੂੰ ਤਾਂ ਲੱਗਦਾ ਜਿਹੜੇ ਆਹ ਸੜਕਾਂ ਟੁੱਟੀਆਂ ਦੇ ਵਿੱਚ ਟੋਏ, ਮੈਂ ਗਾਣਾ ਲਿਖਿਆ ਸੀਗਾ ਸੜਕਾਂ ਟੁੱਟੀਆਂ ਵਿੱਚ ਟੋਏ, ਅਤੇ ਆ ਜਿਹੜੇ ਟੋਏ ਵੀ ਨੇ ਇਹਨਾਂ ਤੋਂ ਭਰ ਨਹੀਂ ਹੋਏਗਾ। ਅੱਜ ਇੰਨਾ ਪੈਸਾ ਕੱਢ ਕੱਢ ਕੇ ਚੋਣਾਂ 'ਤੇ ਲਾ ਰਹੇ ਆ, ਜੇ ਆਹੀ ਆਪਦੇ ਕੋਲੋਂ ਵੀ ਬੰਦਾ ਲਾ ਦਿੰਦਾ ਵਾ ਤਾਂ ਕੋਈ ਗੱਲ ਨਹੀਂ, ਲੇਕਿਨ ਇਹਨਾਂ ਨੇ ਕੱਖ ਨਹੀਂ ਕੀਤਾ ਜੀ ਇਹਨਾਂ ਨੇ। ਰਵਨੀਤ ਸਿੰਘ ਬਿੱਟੂ ਦੀ ਵੀਡੀਓ ਵੀ ਦੇਖਦੇ ਹੋਣਗੇ, ਰੋਜ਼ ਗਾਰਡਨ ਪਹੁੰਚੇ ਨੇ ਉਹਨਾਂ ਨੇ ਐਟ ਅ ਟਾਈਮ, ਫਿਰ ਅਧਿਕਾਰੀਆਂ ਨੂੰ ਫੋਨ ਵੀ ਲਾਇਆ ਕਿ ਹਾਲਤ ਕੀ ਆ ਲੋਕਾਂ ਦੀ, ਉਹਨਾਂ ਨੇ ਮੁਸ਼ਕਿਲਾਂ ਸੁਣੀਆਂ, ਉਹਦੇ ਬਾਰੇ ਫਿਰ ਕੀ ਕਹਿੰਦੇ ਹੋ? ਅੱਗੇ ਅੱਗੇ ਕਿੱਥੇ ਗਏ ਸੀ ਰਵਨੀਤ ਬਿੱਟੂ ਜੀ? ਅੱਗੇ ਤਾਂ ਕਦੇ ਫੋਨ ਲਾਇਆ ਨਹੀਂ ਕਰਾ, ਹੁਣ ਉਹੀ ਡਰਾਮੇ ਕਰਦਾ ਫਿਰਦਾ ਆਮ ਬੰਦਾ, ਫਿਰ ਬੰਦਾ ਵੀ ਮੈਂ ਆਮ ਆ, ਆਮ ਆ, ਮੈਂ ਉਹਨੂੰ ਐਂ ਨਹੀਂ ਪਤਾ ਵੀ ਰਵਨੀਤ ਬਿੱਟੂ ਦੀ ਤਿਆਰੀ ਕਰ ਲਾ, ਕਦੇ ਇੱਦਾਂ ਨਾ ਹੋਵੇ ਚੰਗੇ ਚੁੰਗੇ ਪੈਸੇ ਹੋਰ ਖਰਚ ਲਾ, ਕਦੇ ਇੱਦਾਂ ਨਾ ਹੋਵੇ ਟੀਟੂ 'ਤੇ ਤੂੰ ਮੂਹਰੇ ਹੋਵੇ ਅਤੇ ਤੂੰ ਮੇਰੇ ਤੋਂ ਥੱਲੇ ਹੋਵੇ, ਕਿਉਂਕਿ ਜਿਹੜਾ ਲੋਕ ਨੇ ਹੁਣ ਲੋਕ ਜਾਗ ਚੁੱਕੇ ਆ, ਲੋਕ ਜਾਗ ਚੁੱਕੇ ਆ, ਜਿਹੜਾ ਇਹਨਾਂ ਲੋਕਾਂ ਨੂੰ ਵੋਟ ਪਾਊਗਾ ਉਹ ਆਪਦੇ ਬੱਚਿਆਂ ਦਾ ਭਵਿੱਖ ਖਰਾਬ ਕਰੂਗਾ, ਸਿੱਧੀ ਗੱਲ ਕਰ। ਲਾਸਟ ਕੁਛ ਕਹਿਣਾ ਚਾਹੂੰਗੇ ਦਰਸ਼ਕਾਂ ਨੂੰ ਫਿਰ? ਬਾ ਆਹੀ ਆ ਜੀ, ਪੰਗਾ ਮੈਂ ਲੈ ਲਿਆ ਫਿਰ ਵੱਡਾ ਹੀ ਕਰਾਂ, ਆਹ ਕੁਝ ਪੱਤਰਕਾਰਾਂ ਨੇ ਪੰਪ ਜੇ ਦੇਈ ਗਏ ਮੈਨੂੰ ਕਰਾਂ ਵੀ ਲੜ 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 ਲੜੀ ਦਾ ਹੁੰਦਾ ਵਾ, ਬੋਰਡ ਦਾ ਪੱਤਰਕਾਰ ਵੀ ਨਹੀਂ ਪਾਉਂਦੇ ਨਹੀਂ ਕਿਰਾ, ਅਤੇ ਅੱਜ ਮੈਂ ਆਹੀ ਬੇਨਤੀ ਕਰਦਾ ਵੀ ਪੰਗੇ ਮੇਰੇ ਵੱਡੇ ਆ, ਅਤੇ ਮੈਂ ਤੁਹਾਡੇ ਕੋਲ ਪਹੁੰਚਾਉਣਾ ਪਹੁੰਚਾ, ਕਿਉਂਕਿ ਮੈਂ ਇਕੱਲਾ ਵਾਂ ਕਰਾਂ, ਸਾਡੇ ਕੋਲ 5-7 ਬੰਦੇ ਦਾ ਕਾਫਲੇ ਹੁੰਦਾ, ਵੱਧ ਅਸੀਂ ਲੈ ਕੇ ਨਹੀਂ ਚੱਲਦੇ ਕਿਉਂਕਿ ਅਸੀਂ ਆਪਦਾ ਖਾਣ ਪੀਣ ਦਾ ਵੀ ਦੇਖਣਾ ਵੀ ਕੀ ਖਾਣਾ ਪੀਣਾ, ਬਿਰ ਕੇ ਵੋਟਾਂ ਪਾ ਪਾ ਕੇ ਅੰਦਰਗਤੀ, ਅਤੇ ਮੈਂ ਆਪਦੇ ਜੈਨ ਸਮਾਜ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ, ਅਗਰਵਾਲ ਸਮਾਜ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੇਰੀ 14 ਸਾਲ ਦੀ ਲੜਾਈ ਆ, ਮੈਂ ਕਦੇ ਤੁਹਾਡੇ ਤੋਂ ਕੋਈ ਮਦਦ ਦੀ ਭੀਖ ਨਹੀਂ ਮੰਗੀ ਕਰਾਂ, ਮਦਦ ਮੈਂ ਅੱਜ ਵੀ ਨਹੀਂ ਮੰਗਦਾ ਵੀ ਤੁਸੀਂ ਅੰਦਰਗਤੀ
ਮੇਰੀ ਮਦਦ ਕਰੋ ਅਤੇ ਵੋਟਾਂ ਵਾਸਤੇ ਚੈਨ ਬਣਾਓ ਤਾਂ ਜੋ ਇਹਨਾਂ ਸਿਆਸੀ ਲੀਡਰਾਂ ਨੂੰ ਪਤਾ ਲੱਗੇ ਵੀ ਅਸੀਂ ਕੰਮ ਨਹੀਂ ਕੀਤੇ ਗਾ। ਜੀ, ਤਾਂ ਇਹ ਅਸੀਂ ਗੱਲਬਾਤ ਕੀਤੀ ਹੈ ਟਿੱਟੂ ਬਾਣੀਆਂ ਦੇ ਨਾਲ, ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਚੋਣ ਮੈਦਾਨ ਦੇ ਵਿੱਚ ਉਤਰਨਗੇ ਅਤੇ ਜਿਹੜੇ